ਸਤਿ ਸ਼੍ਰੀ ਅਕਾਲ ਜੀ ਜੀ ਪੰਜਾਬ ਹਰਿਆਣਾ ਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਕ੍ਰਿਸ਼ਨ ਸਿੰਘ ਤੇ ਅੱਜ ਸਾਡੇ ਨਾਲ ਜੁੜਨਗੇ ਖਾਸ ਮਹਿਮਾਨ ਕੇਂਦਰੀ ਮੰਤਰੀ ਜਤਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਅੱਜ ਫੈਸਲੇ ਲਏ ਗਏ ਮੰਤਰੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਪੰਜਾਬ ਹਰਿਆਣਾ ਮਾਚਲ ਤੇ ਸਰ ਜਿਸ ਤਰ੍ਹਾਂ ਦੇ ਨਾਲ ਫੈਸਲੇ ਲਏ ਗਏ ਨੇ ਅਹਿਮ ਫੈਸਲੇ ਲਏ ਗਏ ਨੇ ਭਾਵੇਂ 20 ਲੱਖ ਕਰੋੜ ਦੇ ਪੈਕੇਜ ਦਾ ਜ਼ਿਕਰ ਹੋਵੇ ਜਿਸ ਵਿੱਚ ਕਿਸਾਨਾਂ ਦਾ ਜ਼ਿਕਰ ਹੋਇਆ ਤੇ ਅੱਜ ਜੋ ਫੈਸਲੇ ਲਏ ਗਏ ਨੇ ਪੰਜਾਬ ਦੀ ਜਨਤਾ ਨਹੀਂ ਬਲਕਿ ਦੇਸ਼ ਦੀ ਜਨਤਾ ਅੱਜ ਤੁਹਾਨੂੰ ਸੁਣਨਾ ਚਾਹੁੰਦੀ ਹੈ ਆਖਿਰਕਾਰ ਕਿਹੜੇ ਕਿਹੜੇ ਫੈਸਲੇ ਅੱਜ ਲਏ ਗਏ ਨੇ ਨਹੀਂ ਤੁਸੀਂ ਬਿਲਕੁਲ ਠੀਕ ਕਿਹਾ ਦੇਸ਼ ਦੀ ਜਨਤਾ ਸੁਣਨਾ ਚਾਹੁੰਦੀ ਹੈ ਤੇ ਦੇਸ਼ ਦੇ ਵਾਸਤੇ ਬੜੇ ਮਹੱਤਵਪੂਰਨ ਤੇ ਪੰਜਾਬ ਵਾਸਤੇ ਖਾਸ ਤੌਰ ਤੇ ਪੰਜਾਬ ਇੱਕ ਐਸਾ ਸੂਬਾ ਰਿਹਾ ਹੈ ਸ਼ੁਰੂ ਤੋਂ ਰਵਾਇਤੀ ਤੌਰ ਤੇ ਖੇਤੀਬਾੜੀ ਵਾਸਤੇ ਕਿਸਾਨ ਪੰਜਾਬ ਦੇ ਕਿਸਾਨ ਨੇ ਦੁਨੀਆ ਵਿੱਚ ਆਪਣਾ ਡੰਕਾ ਜਮਾਇਆ ਹੋਵੇ ਤੇ ਹੁਣ ਬਦਲਦੇ ਪ੍ਰਪੇਕਸ਼ ਵਿੱਚ ਜਿਸ ਲਈ ਹੁਣ ਅੱਜ ਦਾ ਕਿਸਾਨ ਉਹ ਕਿਸਾਨ ਨਹੀਂ ਹੈ ਜਿਸ ਤਰ੍ਹਾਂ ਕੁਛ ਸਾਲ ਪਹਿਲੇ ਹੁੰਦਾ ਸੀ ਹੁਣ ਪ੍ਰਗਤੀਸ਼ੀਲ ਦੇਸ਼ ਹੈ ਤੇ ਕਿਸਾਨ ਵੀ ਸਾਡਾ ਪ੍ਰਗਤੀਸ਼ੀਲ ਹੈ ਜਿਹੜਾ ਨੌਜਵਾਨ ਕਿਸਾਨ ਹੈ ਮੈਂ ਤੇ ਇਹ ਕਹਾਂਗਾ ਕਿ ਉਹਨੂੰ ਫਾਰਮਰ ਨਾ ਕਹਿ ਕੇ ਅਸੀਂ ਕਹੀਏ ਐਗਰੀਕਲਚਰਲ ਟੈਕਨੋਕ੍ਰੈਟ ਕਹੀਏ ਕਿਉਂਕਿ ਉਹ ਸਾਰੀ ਸੂਝਬੂਝ ਰੱਖਦਾ ਹੈ ਤੇ ਇਸ ਵਾਸਤੇ ਅਸੀਂ ਉਹਦੇ ਪ੍ਰਗਤੀਸ਼ੀਲ ਭਵਿੱਖ ਨੂੰ ਦੇਖਦੇ ਹੋਏ ਉਸੇ ਕਿਸਮ ਦੇ ਪ੍ਰਾਵਧਾਨਾਂ ਤੇ ਵੀ ਵਿਚਾਰ ਕਰਨਾ ਹੈ ਤੇ ਸ਼ੁਕਰਗੁਜ਼ਾਰ ਹਾਂ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਕਿ ਜਿਨ੍ਹਾਂ ਨੇ ਇੰਨੀ ਗਹਿਰੀ ਸੋਚ ਨਾਲ ਇੰਨੀ ਜ਼ਿਹਨੀਅਤ ਨਾਲ ਇੱਕ ਬੜਾ ਹੀ ਦੂਰ ਅੰਦੇਸ਼ੀ ਦਾ ਫੈਸਲਾ ਕੀਤਾ ਹੈ ਜਿਹਦੇ ਤਹਿਤ ਇੱਕ ਇੱਕ ਨਹੀਂ ਦੋ ਦੋ ਅੱਜ ਨਿਰਣੇ ਲਿੱਤੇ ਗਏ ਨੇ ਪਹਿਲਾਂ ਤਾਂ ਇਹ ਕਿ ਸਾਡੇ ਇੱਥੇ ਸਾਡੇ ਮੁਲਕ ਵਿੱਚ ਇੱਕ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਅਤੇ ਕੁਛ ਇੱਕ ਆਈਟਮਾਂ ਉਹਦੇ ਤੋਂ ਮੁਕਤ ਕਰਕੇ ਉਸਦੀ ਪਾਬੰਦੀ ਤੋਂ ਉਹਨਾਂ ਨੂੰ ਰਿਹਾਈ ਮਿਲ ਗਈ ਹੈ ਮਿਸਾਲ ਦੇ ਤੌਰ 'ਤੇ ਆਲੂ ਹੋਵੇ ਪਿਆਜ਼ ਹੋਵੇ ਤਿਲਹਨ ਹੈ ਅਤੇ ਉਹਦੇ 'ਤੇ ਉਹਨੂੰ ਪਾਬੰਦੀ ਨਹੀਂ ਰਹੇਗੀ ਰੈਗੂਲੇਸ਼ਨ ਦੀ ਅਤੇ ਸਾਡਾ ਕਿਸਾਨ ਚੂੰਕਿ ਆਪ ਜਾਗਰੂਕ ਹੋਵੇ ਉਹਨੂੰ ਆਪਣੀ ਸੂਝਬੂਝ ਨਾਲ ਕਿਸ ਤਰ੍ਹਾਂ ਅਮਲ ਕਰਨਾ ਹੈ ਇਹਦੀ ਆਜ਼ਾਦੀ ਮਿਲੇਗੀ ਜੀ ਦੂਜਾ ਸਾਡੇ ਇੱਥੇ APMC ਬੜੇ ਅਰਸੇ ਤੋਂ ਚੱਲ ਰਿਹਾ ਤੁਸੀਂ ਵੀ ਜਾਣਦੇ ਹੋ ਅਤੇ ਸ਼ਾਇਦ ਜਿਸ ਜ਼ਮਾਨੇ ਵਿੱਚ ਉਹਦੇ 'ਤੇ ਵਿਚਾਰ ਹੋਇਆ ਸੀ ਉਸ ਵੇਲੇ ਉਹਦੀ ਜ਼ਰੂਰਤ ਬਹੁਤ ਜ਼ਿਆਦਾ ਹੋਣੀ ਵੇ ਕਿਉਂਕਿ ਕਿਸਾਨ ਨੂੰ ਦਿੱਕਤ ਆਉਂਦੀ ਸੀ ਮੰਡੀ ਵਿੱਚ ਆਪਣਾ ਉਪਜ ਵੇਚਣ 'ਚ ਆਪਣਾ ਸਮਾਨ ਵੇਚਣ 'ਚ ਲੇਕਿਨ ਹੁਣ ਮਾਹੌਲ ਬਦਲਿਆ ਅਤੇ ਹੁਣ ਮਾਹੌਲ ਦੇ ਤਕਾਜ਼ੇ ਵੀ ਬਦਲੇ ਹੋਏ ਨੇ ਬਿਲਕੁਲ ਅਤੇ ਸਾਨੂੰ ਕੋਈ ਅਧਿਕਾਰ ਨਹੀਂ ਕਿ ਕਿਸਾਨ ਨੂੰ ਪਾਬੰਦ ਰੱਖੀਏ ਕਿ ਉਹ ਇੱਕੋ ਰਾਹੀਂ ਆਪਣਾ ਸਮਾਨ ਵੇਚ ਸਕੇ ਅਤੇ ਖੁੱਲ੍ਹੀ ਮਾਰਕੀਟ ਵਿੱਚ ਉਹਨੂੰ ਵੇਚਣ ਦੀ ਆਜ਼ਾਦੀ ਹੋਵੇ ਇਸ ਵਾਸਤੇ ਉਸ ਐਕਟ ਵਿੱਚ ਵੀ ਸੰਸ਼ੋਧਨ ਕੀਤਾ ਗਿਆ ਹੋਵੇ ਜਿਹਦੇ ਤਹਿਤ ਹੁਣ ਉਹਨੂੰ ਇਹ ਆਜ਼ਾਦੀ ਰਹੇਗੀ ਕਿ ਜੇ ਉਹ ਆਪਣਾ ਸਮਾਨ ਆਪਣੀ ਉਪਜ ਆਪਣੇ ਆਪ ਕਿਤੇ ਹੋਰ ਵੇਚਣਾ ਚਾਹੁੰਦਾ ਹੈ ਕਿਤੇ ਹੋਰ ਫਰੋਖਤ ਕਰਨਾ ਚਾਹੁੰਦਾ ਹੈ ਜਿੱਥੇ ਉਹਨੂੰ ਲੱਗਦਾ ਕਿ ਉਹਨੂੰ ਉਹਦਾ ਜ਼ਿਆਦਾ ਮੁਨਾਫਾ ਮਿਲੇਗਾ ਅਤੇ ਉਹਦੇ 'ਤੇ ਕੋਈ ਇਹ ਪਾਬੰਦੀ ਨਹੀਂ ਰਹੇਗੀ ਕਿ ਉਹ ਜ਼ਰੂਰੀ ਲਾਜ਼ਮੀ ਤੌਰ 'ਤੇ APMC ਦੇ ਰਾਹੀਂ ਚੱਲਣਾ ਹੈ ਲੇਕਿਨ ਨਾਲ ਹੀ ਨਾਲ ਇਹਦਾ ਇਹ ਵੀ ਮਤਲਬ ਨਾ ਕੱਢਿਆ ਜਾਏ ਦੀ ਮੁਰਾਦ ਇਹ ਵੀ ਨਹੀਂ ਹੈ ਕਿ APMC ਦੀ ਅਹਿਮੀਅਤ ਕੁਝ ਘੱਟ ਗਈ ਹੈ ਉਹਦਾ ਦਾਇਰੇ ਅਖਤਿਆਰ ਉਸੇ ਤਰ੍ਹਾਂ ਰਹੇਗਾ ਉਹਦਾ ਅਧਿਕਾਰ ਖੇਤਰ ਵੀ ਉਸੇ ਤਰ੍ਹਾਂ ਰਹੇਗਾ ਔਰ ਨਾਲ ਹੀ ਨਾਲ ਚੂੰਕਿ ਮੋਦੀ ਸਰਕਾਰ ਫੈਡਰਲ ਸਟਰਕਚਰ 'ਤੇ ਬੜਾ ਵਿਸ਼ਵਾਸ ਰੱਖਦੀ ਹੈ ਅਤੇ ਕਿਤੇ ਕਿਤੇ ਇਹ ਸ਼ੋਭਾ ਪੈਦਾ ਕਰਨ ਦਾ ਜੇ ਪ੍ਰਯਾਸ ਕੀਤਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਪ੍ਰਦੇਸ਼ਾਂ ਦੇ ਅਤੇ ਰਾਜ ਸਰਕਾਰਾਂ ਦੇ ਦਾਇਰੇ ਅਖਤਿਆਰ ਵਿੱਚ ਕੋਈ ਦਖਲ ਹੁੰਦਾ ਹੋਵੇ ਐਸੀ ਕੋਈ ਗੱਲ ਨਹੀਂ ਹੈ ਬਲਕਿ ਉਹਦੇ ਉਲਟ ਮੈਂ ਤਾਂ ਇਹ ਕਹਾਂਗਾ ਕਿ ਰਾਜਿਆਂ ਦੀ ਕਾਰਜ ਪ੍ਰਣਾਲੀ ਨੂੰ ਹੋਰ ਜ਼ਿਆਦਾ ਫੈਸਿਲੀਟੇਟ ਕਰਨ ਵਾਸਤੇ ਉਸ ਰੁੱਖ ਵਿੱਚ ਇੱਕ ਨਵਾਂ ਕਦਮ ਉਠਾਇਆ ਗਿਆ ਵੇ ਅਤੇ ਜਿਸ ਤਰੀਕੇ ਦੇ ਇਖਤਿਆਰ ਰਾਜ ਸਰਕਾਰਾਂ ਨੂੰ ਪਹਿਲੇ ਤੋਂ ਮੌਜੂਦ ਨੇ ਉਹ ਉਸੇ ਤਰ੍ਹਾਂ ਆਪਣੀ ਜਗ੍ਹਾ ਕਾਇਮ ਰਹਿਣਗੇ ਨਾਲ ਹੀ ਨਾਲ ਵਨ ਇੰਡੀਆ ਵਨ ਐਗਰੀਕਲਚਰ ਮਾਰਕੀਟ ਜਿਹੜਾ ਅਸੀਂ ਜਿਸ ਗੱਲ ਦਾ ਇੱਕ ਸੰਕਲਪ ਲੈ ਕੇ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਮੋਦੀ ਜੀ ਦੀ ਸਦਾਰਤ ਵਿੱਚ ਉਸ ਰਸਤੇ ਵਿੱਚ ਉਸ ਦਿਸ਼ਾ ਵਿੱਚ ਇੱਕ ਨਵਾਂ ਇੱਕ ਕਦਮ ਅੱਗੇ ਵਧਣ ਦਾ ਇਸ ਨਾਲ ਮਕਸਦ ਪੂਰਾ ਹੋ ਰਿਹਾ ਹੈ ਬਿਲਕੁਲ ਅਜਿੰਦਰ ਜੀ ਜਿਸ ਤਰ੍ਹਾਂ ਨਾਲ ਜ਼ਿਕਰ ਹੋਇਆ ਕਿ ਇੱਕ ਦੇਸ਼ ਇੱਕ ਬਾਜ਼ਾਰ ਆਖਿਰਕਾਰ ਰੂਪਰੇਖਾ ਕਿਸ ਤਰ੍ਹਾਂ ਨਾਲ ਤਿਆਰ ਕੀਤੀ ਗਈ ਹੈ ਤਾਂ ਜੋ ਕਿਸਾਨ ਵੀਰ ਆਸਾਨੀ ਨਾਲ ਇਸ ਨੂੰ ਸਮਝ ਸਕਣ ਇਹ
ਤੱਕੋ ਜੀ ਮੈਨੂੰ ਲੱਗਦਾ ਹੈ ਵਕਤ ਗੁਜ਼ਰਨ ਦੇ ਨਾਲ ਨਾਲ ਸਾਰੀਆਂ ਗੱਲਾਂ ਸਮਝਾ ਵੀ ਜਾਣੀਆਂ ਨੇ ਅਤੇ ਆਸਤਾ ਆਸਤਾ ਇਹਦੇ ਕਿੰਨੇ ਦੂਰਗਾਮੀ ਫਾਇਦੇ ਨੇ ਹੋ ਸਕਦਾ ਅੱਜ ਸਾਨੂੰ ਫੌਰੀ ਤੌਰ 'ਤੇ ਇਹਦੀ ਸਮਝ ਨਾ ਵੀ ਆਵੇ ਅਤੇ ਫੌਰੀ ਤੌਰ 'ਤੇ ਅਸੀਂ ਸਮਝਾਉਣ ਵਿੱਚ ਵੀ ਪੂਰੀ ਤਰ੍ਹਾਂ ਕਾਮਯਾਬ ਨਾ ਹੋਈਏ ਲੇਕਿਨ ਮੈਨੂੰ ਯਕੀਨ ਹੋਏ ਕਿ ਜਿਸ ਤਰ੍ਹਾਂ ਵਕਤ ਗੁਜ਼ਰੇਗਾ ਅਤੇ ਇਹਦੇ ਫਾਇਦੇ ਸਾਡੇ ਸਾਹਮਣੇ ਕਿਸਾਨ ਵੀਰਾਂ ਦੇ ਅੱਗੇ ਵੀ ਆਉਣਗੇ ਅਤੇ ਮੁਲਕ ਦੇ ਅੱਗੇ ਵੀ ਆਉਣਗੇ ਕਿਉਂਕਿ ਪਹਿਲਾਂ ਕੀ ਸੀ ਕਿ ਇੱਕ ਰਸਤੇ 'ਚ ਅਸੀਂ ਪਾਬੰਦ ਸਾਂ ਬਿਲਕੁਲ ਅਤੇ ਸਾਡਾ ਕਿਸਾਨ ਭਰਾ ਵੀ ਉਸੇ ਪਾਬੰਦੀ ਦੇ ਰਾਹੀਂ ਚੱਲਦਾ ਸੀ ਸ਼ਾਇਦ ਉਹਨੂੰ ਇਸ ਵਾਸਤੇ ਸ਼ਿਕਾਇਤ ਨਹੀਂ ਸੀ ਕਿ ਉਸ ਵੇਲੇ ਹਾਲਾਤ ਕੁਛ ਐਸੇ ਸਨ ਜੀ ਸਾਡੇ ਖਾਦੇ ਪਦਾਰਥਾਂ ਵਿੱਚ ਥੋੜ੍ਹੀ ਉਸ ਵੇਲੇ ਸਕੇਅਰਸਿਟੀ ਦਾ ਵੀ ਜ਼ਮਾਨਾ ਸੀ ਅਤੇ ਮਾਹੌਲ ਬਦਲਿਆ ਸੀ ਹੁਣ ਇਸ ਲਈ ਹਿੰਦੁਸਤਾਨ ਇੱਕ ਜਿਹਨੂੰ ਕਹਿੰਦੇ ਨੇ ਵਰਲਡ ਪਾਵਰ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਅਤੇ ਭੂਗੋਲਿਕ ਇੱਕ ਭੂਮਿਕਾ ਨਿਭਾਉਣ ਵਾਸਤੇ ਉਹਦੀ ਕਤਾਰ 'ਤੇ ਖੜ੍ਹਾ ਹੋਵੇ ਉਹਦੀ ਦਹਿਲੀਜ਼ 'ਤੇ ਅਤੇ ਇਸ ਵੇਲੇ ਕਿਸਾਨ ਨੂੰ ਵੀ ਦੂਸਰੇ ਬਾਸ਼ਿੰਦਿਆਂ ਦੀ ਤਰ੍ਹਾਂ ਇਹ ਆਜ਼ਾਦੀ ਉਹਨੂੰ ਨਸੀਬ ਹੋਣੀ ਚਾਹੀਦੀ ਹੈ ਕਿ ਉਹ ਆਪਣਾ ਮੁਸਤਕਬਲ ਆਪਣਾ ਨਸੀਬ ਖੁਦ ਤੈਅ ਕਰ ਸਕੇ ਅਤੇ ਇਸ ਵਾਸਤੇ ਜਿਹੜਾ ਪਿਛਲੀ ਵਿਵਸਥਾ ਸੀ ਉਸ ਨੂੰ ਕੰਪਰੋਮਾਈਜ਼ ਨਾ ਕਰਦੇ ਹੋਏ ਉਹ ਆਪਣੀ ਜਗ੍ਹਾ 'ਤੇ ਢਾਂਚਾ ਖੜ੍ਹਾ ਹੈ ਉਹਦੇ ਵਾਸਤੇ ਦੂਜੇ ਰਸਤੇ ਵੀ ਖੋਲ੍ਹ ਦਿੱਤੇ ਗਏ ਨੇ ਕਿ ਫਰਜ਼ ਕਰੋ ਉਹਨੂੰ ਲੱਗਦਾ ਹੈ ਕਿ APMC ਦੇ ਰਾਹੀਂ ਜਿੰਨਾ ਉਹਨੂੰ ਮੁਨਾਫਾ ਮਿਲਦਾ ਹੈ ਉਸਦੇ ਨਿਸਬਤਨ ਉਹਨੂੰ ਕਿਤੇ ਹੋਰ ਮੁਨਾਫਾ ਜ਼ਿਆਦਾ ਮਿਲ ਸਕਦਾ ਹੈ ਅਤੇ ਕਿਉਂ ਨਾ ਉਹ ਉੱਧਰ ਵੀ ਆਪਣਾ ਨਸੀਬ ਅਜ਼ਮਾਏ ਅਤੇ ਸਾਨੂੰ ਕੀ ਆਖਿਆ ਕਿ ਅਸੀਂ ਉਹਨੂੰ ਪਾਬੰਦ ਕਰੀਏ ਇਹ ਉਸ ਮਨਸ਼ਾ ਦੇ ਨਾਲ ਇੱਕ ਬੜੀ ਨੇਕ ਨੀਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਹੈ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਕੋਈ ਕਿਸੇ ਦਾ ਸਵਾਰਥ ਨਹੀਂ ਇਹ ਇਹੋ ਹੀ ਸਰਕਾਰ ਕਰ ਸਕਦੀ ਹੈ ਜਿਹੜੀ ਜ਼ਮੀਨ ਨਾਲ ਜੁੜੀ ਹੋਏ ਜਿਹੜੀ ਮੋਦੀ ਜੀ ਦੀ ਸਦਾਰਤ ਵਿੱਚ ਕੰਮ ਕਰਦੀ ਹੋਏ ਸੋ ਬਿਲਕੁਲ ਸੋ ਜਿਸ ਤਰ੍ਹਾਂ ਨਾਲ ਤੁਸੀਂ ਦੱਸਿਆ ਕਿ ਕਿਸਾਨਾਂ ਦੇ ਲਈ ਇਹ ਵੱਡੇ ਤੇ ਲਾਭਦਾਇਕ ਫੈਸਲੇ ਨੇ ਅਤੇ ਕਿਸਾਨ ਵੀਰ ਵੀ ਤੁਹਾਨੂੰ ਸੁਣ ਰਹੇ ਨੇ ਪੂਰਾ ਦੇਸ਼ ਸੁਣ ਰਿਹਾ ਅਤੇ ਇਸ ਮਸਲੇ 'ਤੇ ਹਾਲਾਂਕਿ ਜੋ 20 ਲੱਖ ਕਰੋੜ ਦੇ ਪੈਕੇਜ ਦਾ ਜ਼ਿਕਰ ਹੋਇਆ ਸੀ ਅਤੇ ਜੋ ਅੱਜ ਫੈਸਲੇ ਲੈ ਕੇ ਨੇ ਤਕਰੀਬਨ ਕਹਿ ਸਕਦੇ ਹਾਂ ਕਿ ਕਿਸਾਨ ਹਿਤੈਸ਼ੀ ਨੇ ਅਤੇ ਇਸ ਮਸਲੇ ਦੇ ਵਿੱਚ ਕਿਸਾਨ ਵੀਰਾਂ ਨੂੰ ਹੋਰ ਕੀ ਸੰਦੇਸ਼ ਦੇਣਾ ਚਾਹੋ ਮੈਂ ਤਾਂ ਇਹ ਕਹਾਂਗਾ ਕਿ ਆਉਣ ਵਾਲੇ ਵਕਤ ਵਿੱਚ ਜਿਸ ਤਬਕੇ ਦੀ ਪਹਿਲੇ ਸ਼ਾਇਦ ਉਸ ਤਰੀਕੇ ਨਾਲ ਤਵੱਜੋ ਨਹੀਂ ਸੀ ਦਿੱਤੀ ਗਈ ਉਹ ਇਹਨਾਂ 5-6 ਵਰ੍ਹਿਆਂ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ ਯੋਜਨਾ ਵੇਖੋ ਤਾਂ ਲਗਭਗ 9.25 ਕਰੋੜ ਕਿਸਾਨ ਪਰਿਵਾਰਾਂ ਤੱਕ ਲਗਭਗ 18,517 ਕਰੋੜ ਰੁਪਇਆ ਲਾਕਡਾਊਨ ਦੇ ਇਸ ਅਰਸੇ ਦੇ ਦੌਰਾਨ ਹਾਲਾਂਕਿ ਕਿੰਨੀਆਂ ਮਜਬੂਰੀਆਂ ਸੀ ਪਾਬੰਦੀਆਂ ਸੀ ਅਸੀਂ ਸਾਰੇ ਸਮਝਦੇ ਹਾਂ ਇਸ ਲਾਕਡਾਊਨ ਦੇ ਅਰਸੇ ਦੇ ਦੌਰਾਨ ਵੀ ਇੰਨਾ ਪੈਸਾ ਜਮ੍ਹਾਂ ਕਰਵਾਉਣ ਵਿੱਚ ਇਹ ਸਰਕਾਰ ਕਾਮਯਾਬ ਰਹੀ ਹੈ ਅਤੇ ਕਹਿਣ ਦਾ ਮਤਲਬ ਇਹ ਹੈ ਕਿ ਮਨਸ਼ਾ ਬੜੀ ਮਜ਼ਬੂਤ ਹੈ ਅਤੇ ਬੜੀ ਨੇਕ ਨੀਤੀ 'ਤੇ ਕਾਇਮ ਹੈ ਔਰ ਪ੍ਰਧਾਨ ਮੰਤਰੀ ਜੀ ਨੇ 2014 ਵਿੱਚ ਹਲਫ ਲੈਂਦੇ ਹੀ ਕਿਹਾ ਸੀ ਕਿ ਮੇਰੀ ਸਰਕਾਰ ਗਰੀਬ ਨੂੰ ਸਮਰਪਿਤ ਹੈ ਅਤੇ ਉਹ ਤਬਕੇ ਜਿਹੜੇ ਕਿਤੇ ਨਾ ਕਿਤੇ ਹਿੰਦੁਸਤਾਨ ਦੀ ਇਸ ਤਰੱਕੀ ਦੀ ਯਾਤਰਾ ਵਿੱਚ ਜਾਂ ਤਰੱਕੀ ਦੇ ਸਫ਼ਰ ਵਿੱਚੋਂ ਪਿਛੜ ਗਏ ਸਨ ਜਾਂ ਜਿਹਨਾਂ ਨੂੰ ਤਵੱਜੋ ਨਹੀਂ ਸੀ ਮਿਲੀ ਉਹਨਾਂ ਨੂੰ ਤਵੱਜੋ ਮਿਲੇਗੀ ਅਤੇ ਉਹਨਾਂ ਵਿੱਚੋਂ ਇੱਕ ਤਬਕਾ ਕਿਸਾਨਾਂ ਦਾ ਸੀ ਔਰ ਜੋ ਕਿਸਾਨ ਪ੍ਰਧਾਨ ਦੇਸ਼ ਵੇ ਔਰ ਖਾਸ ਤੌਰ ਪੰਜਾਬ ਜਿਹੜਾ ਕਿਸਾਨ ਪ੍ਰਧਾਨ ਸੂਬਾ ਵੇ ਜੀ ਉਹਨੂੰ ਮੈਂ ਸਮਝਦਾ ਕਿ ਆਉਣ ਵਾਲੇ ਵਕਤ 'ਚ ਬਹੁਤ ਬੜਾ ਫਾਇਦਾ ਹੋਣ ਵਾਲਾ ਹੈ ਮੰਤਰੀ ਸਾਹਿਬ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰ ਦਿੱਤਾ ਜਾਵੇਗਾ ਬੇਸ਼ੱਕ ਇਸ ਦੇ ਲਈ ਸਰਕਾਰ ਲਗਾਤਾਰ ਕੰਮ ਵੀ ਕਰ ਰਹੀ ਹੈ ਪਰ ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਆਤਮ ਨਿਰਭਰ ਭਾਰਤ ਆਖਿਰਕਾਰ ਇਸ ਨੂੰ ਕਿਹੜੇ ਲਹਿਜ਼ੇ ਵਿੱਚ ਸਮਝਿਆ ਸੀ ਬਿਲਕੁਲ ਠੀਕ ਕਿਹਾ ਜੀ ਤੁਸੀਂ ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਿਸ਼ਾ ਵਿੱਚ ਇੱਕ ਹੋਰ ਕਦਮ ਹੋਏ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਸਾਨੂੰ ਗੱਲ ਤਸਲੀਮ ਵੀ ਕਰਨੀ ਪੈਣੀ ਹੈ ਕਿ ਇਹ ਜਿਹੜਾ ਕਰੋਨਾ ਦਾ ਇੱਕ ਸਾਡੇ 'ਤੇ ਇੱਕ ਸੰਕਟ ਇੱਕ ਮੁਸੀਬਤ ਆਈ ਹੈ ਔਰ ਜਿਹੜਾ ਪਿਛਲਾ ਵਕਤ ਗੁਜ਼ਰਿਆ ਵੇ ਇਸ ਨਾਲ ਸਾਰੀ ਦੁਨੀਆ ਨੂੰ ਆਰਥਿਕ ਤੌਰ 'ਤੇ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਤਾਂ ਨੁਕਸਾਨ ਹੋਇਆ ਹੀ ਹੈ ਅਤੇ ਇਹਦਾ ਸਾਨੂੰ ਵੀ ਥੋੜ੍ਹਾ ਬਹੁਤ ਇੱਕ
चुनौती समझ के सामना करना पैना है, लेकिन उहदे बावजूद मोदी सरकार की प्राथमिकता विच प्रायोरिटी विच सारे कोलों उपर किसान तबका वे ते इस वास्ते उस संकल्प ते उस हलफ ते सरकार कायम वे। ते दूजी गल जिहड़ी तुसी की आत्मनिर्भर भारत दी ते उहदा मतलब ए वे कि जिहड़ा असी फर्ज करो कोई चीज़ बनाने हैं कोई साडे कारखाने विच कोई समान बनता है ते उहदे पुरजे उहदे नट बोल्ट जे बाहरों आउंदे सन ते असी इत्थे बनवा सकीए असी अपने आप च निर्भर बनीए तो उस दशा विच असी अगे ही चल पए वे आ। कई चीज़ां जिहड़ी असी बनाउण दी क्षमता रखदे सां सानू उहदा अहसास नहीं सी। मैं ते कहांगा इस कोरोना दे संकट ने सानू अपने अंदर दी क्षमता दा अहसास कराया साडे च किन्नी सलाहियत वे जिहड़ा सानू शायद अहसास नहीं सी। असी अज चिकित्सा दे क्षेत्र विच सेहत प्रस्ती दे शोबे विच इन्ना इन्ना समान 2 महीने दे अंदर बनाना शुरू कर बैठे आ भावें ओह पीपी किट्स ने। हुण ते कोरोना वास्ते दवाई भी एक रेमडेसिविर नां दी दवाई है ये 2 दिन पहला इत्थे ड्रग कंट्रोलर ऑफ इंडिया ने उसनू मंजूरी दे दित्ती है ते दुनिया की मैं समझना पहली दवाई ऐसी जिहड़ी कि करोना के जिहड़े सीरीयस मरीज होणगे उहनां दे काम आवेगी। FDA ने उहनू पहला मंजूरी दे दित्ती सी ते हिंदुस्तान विच भी उहदी परख हुई जांच हुई है। वैक्सीन बनाने दे साडे काम शुरू हो गए ने ते मैं तो यह कहांगा कि इस करोना संकट के चलते सानू एक मौका मिलिया है अपनी क्षमता नू उजागर करन वास्ते। बहुत बहुत धन्यवाद साडे नाल जुड़न दे लई जतेंद्र जी, अहम जानकारी तुसी साडे नाल सांझा कीती, बहुत बहुत धन्यवाद करते हैं। धन्यवाद जी, धन्यवाद।